ਹਰ ਇੱਕ ਬੱਚਾ ਇਸ ਪੈਰਾਸ਼ੂਟ ਨੂੰ ਬਹੁਤ ਪਸੰਦ ਕਰੇਗਾ। ਇਸ ਲਈ ਪਤਲੀ ਪਲਾਸਟਿਕ ਦੀ ਸ਼ੀਟ, ਜਿਸ ਦਾ ਵਿਆਸ 45 ਸੈਂਟੀਮੀਟਰ ਹੋਵੇ, ਇਸ 'ਤੇ 8x30 ਸੈਂਟੀਮੀਟਰ ਲੰਬੇ ਧਾਗੇ ਟੇਪ ਕਰ ਦਵੋ ਅਤੇ ਇਹਨਾਂ ਧਾਗਿਆਂ 'ਤੇ ਸਿਰਿਆਂ ਨੂੰ ਲੱਕੜੀ ਦੇ ਟੁਕੜਿਆਂ ਨਾਲ ਬੰਨ੍ਹ ਦਵੋ। ਹੁਣ ਧਾਗਿਆਂ ਨੂੰ ਲਪੇਟ ਕੇ ਲੱਕੜੀ 'ਤੇ ਬੰਨ੍ਹ ਦਵੋ। ਇਹ ਫਿਰ ਪਲਾਸਟਿਕ ਨੂੰ ਵੀ ਮੋੜ ਕੇ ਲੱਕੜੀ 'ਤੇ ਬੰਨ੍ਹ ਦਵੋ। ਹੁਣ ਪੈਰਾਸ਼ੂਟ ਨੂੰ ਇੱਕ ਹੱਥ ਨਾਲ ਉੱਪਰ ਸੁੱਟੋ। ਪੈਰਾਸ਼ੂਟ ਹੌਲੀ ਹੌਲੀ ਨੀਚੇ ਆਵੇਗਾ। ਤੁਸੀਂ ਇਸ ਨੂੰ ਬਾਹਰ ਲੈ ਕੇ ਜਾਓ ਅਤੇ ਹੋਰ ਉੱਚਾਈ ਨਾਲ ਸੁੱਟੋਗੇ ਤਾਂ ਇਹ ਹੌਲੀ ਹੌਲੀ ਨੀਚੇ ਆਵੇਗਾ। ਤੁਸੀਂ ਇਸ ਪੈਰਾਸ਼ੂਟ ਨੂੰ ਛੱਡ ਕੇ ਹੋਰ ਵੀ ਉੱਚਾਈ ਤੋਂ ਨੀਚੇ ਸੁੱਟ ਸਕਦੇ ਹੋ। ਜੇ ਤੁਸੀਂ ਇਸ ਨੂੰ ਹੋਰ ਉੱਚਾ ਸੁੱਟਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਗੁਲੇਲ ਬਣਾਓ। ਅਤੇ ਗੁਲੇਲ ਇੱਕ ਬਾਂਸ ਦੀ ਡੰਡੀ 'ਤੇ ਬਣੀ ਹੋਈ ਹੈ, ਉੱਪਰ ਇੱਕ ਫਨਲ ਜਿਹੜੀ ਉੱਪਰੋਂ ਕੱਟੀ ਹੋਈ ਹੈ, ਇੱਕ PVC ਦੀ ਪਾਈਪ ਹੈ ਜਿਸ 'ਤੇ ਰਬੜ ਬੈਂਡ ਲੱਗਾ ਹੋਇਆ ਹੈ। ਇਸ ਤਰ੍ਹਾਂ ਇਹ ਤੀਰ ਦਾ ਕੰਮ ਕਰੇਗਾ। ਹੁਣ ਫਨਲ ਵਿੱਚ ਆਪਣਾ ਪੈਰਾਸ਼ੂਟ ਰੱਖ ਦਵੋ ਅਤੇ ਬਾਹਰ ਜਾਓ। ਜਿਸ ਤਰ੍ਹਾਂ ਤੀਰ ਕਮਾਨ ਚੱਲਦਾ ਹੈ ਉਸ ਤਰ੍ਹਾਂ ਹੀ ਤੁਸੀਂ ਪੈਰਾਸ਼ੂਟ ਨੂੰ ਉੱਪਰ ਉੱਚਾਈ 'ਤੇ ਸੁੱਟੋ। ਇਹ ਹੌਲੀ ਹੌਲੀ ਨੀਚੇ ਆਵੇਗਾ ਅਤੇ ਬਹੁਤ ਸੁੰਦਰ ਲੱਗੇਗਾ।